दोस्तों अजमेर सिंह जौहल वालों प्यार भरी सत श्री अकाल। तो दोस्तों अज आप एक ब्लॉग लैके आए छोटा जिहा, तो बने रहो तुसीं ब्लॉग दे नाल। आपां चले आ अपने गुरद्वारा साहब विखे, पिंड दे अपने मलिया पिंड दे गुरद्वारा साहब विखे। उत्थे कुछ अपने नौजवान वीरां ने उपराला करके महाराज की सवारी वास्ते एक जिहड़ी गड्डी हुंदी आ मतलब कि पालकी साहब वो तैयार करवाया, तो आपां उस दी अज वीडियो कवर करनी आ। वो अपने जिहड़े नौजवानों ने जिहड़ा उपराला किया उसकी मतलब कि वो वीडियो आप अज लैके आए अपने चैनल पर, तो बने रहो वीडियो के नाल। चलो आप मिलते हैं गुरुद्वारा साहब विखे। नानक मंगे दरसदान कृपा करो हरे वाहिगुरु जी का खालसा वाहिगुरु जी की फतेह। गुरु नानक गुरुकारी साहब सिंह जी बड़े भागों वाले हों, क्योंकि दीन दुनिया के मालिक चाहो शकल तक के मालिक साहिब श्री गुरु ग्रंथ साहिब जी महाराज जी की हजूरी में बैठे हो। अज फगण के महीने की संग्राम के दिहाड़े हैं, नवा महीना चढ़िया है। दीन दुनिया के मालिक सच्चे पातशाह कृपा करन ਸਿਰਨਾ ਕਮਲ ਪ੍ਰੀਤੀ ਤੰਦਰੁਸਤੀ ਦੇ ਉੱਤਰ ਦਾਤਾ ਦੇ ਸਭ ਇਹ ਗੁਰੂ ਦੀ ਗੁਰੂ ਘਰ ਦੀ ਜਿਹੜੀ ਹਾਲਤ ਸੀ ਉਹ ਬਹੁਤ ਹੀ ਚੰਗੀ ਨਹੀਂ ਸੀ, ਇਮਾਰਤੀ ਤੌਰ 'ਤੇ ਨਹੀਂ ਸੀ। ਗੁਰੂ ਨੇ ਕਿਰਪਾ ਕੀਤੀ, ਸਮੇਂ ਦੇ ਮੁਤਾਬਕ ਆਰੰਭ ਕਰਵਾਈਆਂ। ਸਭ ਤੋਂ ਪਹਿਲਾਂ ਗੁਰੂ ਘਰ ਦੀ ਇਮਾਰਤ ਬਣੀ ਹੈ, ਬੜੀ ਸੋਹਣੀ ਇਮਾਰਤ ਗੁਰੂ ਘਰ ਦੀ ਤਿਆਰ ਹੋਈ। ਉਸ ਤੋਂ ਉਪਰੰਤ ਗੁਰੂ ਘਰ ਦੇ ਵਿੱਚ ਲੋੜ ਸੀ ਲੰਗਰ ਹਾਲ, ਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਬਹੁਤ ਵੱਡਾ ਲੰਗਰ ਹਾਲ ਜਿਹੜਾ ਉਹ ਤਿਆਰ ਹੋਇਆ। ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਤੋਂ ਗੁਰੂ ਨੇ ਬੜੀ ਕਿਰਪਾ ਕੀਤੀ। ਸਰਦਾਰ ਲੋਕ ਸਾਡੇ ਮੈਂਬਰ ਪੰਚਾਇਤ ਸਰਦਾਰ ਬਲਾਵਰ ਸਿੰਘ ਜੀ, ਉਹਨਾਂ ਦੇ ਮਨ ਦੀ ਇੱਛਾ ਸੀ ਕਿ ਗੁਰੂ ਘਰ ਦੇ ਵਿੱਚ ਇੱਕ ਐਸੀ ਪਾਲਕੀ ਬਲਕਿ ਜਿਹੜੀ ਗੱਡੀ ਚਾਹੀਦੀ ਹੈ। ਜਦੋਂ ਵੀ ਆਪਾਂ ਗੁਰੂ ਸਤਿਗੁਰੂ ਜੀ ਨੂੰ ਲੈ ਕੇ ਜਾਂਦੇ ਹਾਂ ਉਹ ਸਤਿਕਾਰ ਦੇ ਨਾਲ ਅਸੀਂ ਕਿਸੇ ਦੇ ਘਰ ਲੈ ਕੇ ਜਾਈਏ ਅਤੇ ਸਤਿਕਾਰ ਦੇ ਨਾਲ ਲੈ ਕੇ ਆਈਏ। ਇਹ ਭਾਵਨਾ ਸੀ ਸਰਦਾਰ ਬਲਾਵਰ ਸਿੰਘ ਜੀ ਨਾਲ ਦੀ ਮੈਂਬਰ ਪੰਚਾਇਤ ਸਤਿਗੁਰੂ ਨੇ ਕਿਰਪਾ ਕੀਤੀ। ਮੈਂ ਮੈਨੂੰ ਬੇਨਤੀ ਕੀਤੀ ਜਦੋਂ ਕੋਈ ਮਨੁੱਖ ਚੰਗੇ ਕੰਮ ਵਾਸਤੇ ਤੁਰਦਾ ਹੈ ਤੇ ਸਤਿਗੁਰੂ ਕਿਰਪਾ ਕਰਦਾ ਹੈ, ਉਦਮ ਕਰਦਾ ਹੈ, ਮਿਹਨਤ ਕਰਦਾ ਹੈ ਤੇ ਉਹਦੇ ਤੇ ਸਤਿਗੁਰੂ ਕਿਰਪਾ ਕਰਦਾ ਹੈ। ਸੋ ਸਰਦਾਰ ਦਿਲਾਵਰ ਸਿੰਘ ਉਹਨਾਂ ਦੀ ਮਨ ਦੀ ਕਾਮਨਾ ਸਤਿਗੁਰੂ ਜੀ ਨੇ ਪੂਰੀ ਕੀਤੀ, ਸੰਗਤ ਦੀ ਕਾਮਨਾ, ਕਮੇਟੀ ਦੀ ਕਾਮਨਾ ਜਿਹੜੀ ਪੂਰੀ ਕੀਤੀ। ਸਤਿਗੁਰੂ ਜੀ ਨੇ ਕਿਰਪਾ ਕਰਕੇ ਬੜੀ ਹੀ ਸੁੰਦਰ ਜਿਹੜੀ ਪਾਲਕੀ ਜੀ ਆਪਣੇ ਗੁਰਸਾ ਦੀ ਪਾਲਕੀ। ਜਦੋਂ ਗੁਰੂ ਘਰ ਦੀ ਇਮਾਰਤ ਤਿਆਰ ਹੋ ਰਹੀ ਸੀ ਤੇ ਉਹ ਵੀ ਇੱਥੇ ਬੈਠੇ ਸਨ, ਉਹਨਾਂ ਦੀ ਇਹ ਸੋਚ ਸੀ ਵੀ ਆਪਾਂ ਗੁਰੂ ਘਰ ਵਾਸਤੇ ਗੱਡੀ ਵੀ ਚਾਹੀਦੀ ਹੈ ਜਿਸ ਦੇ ਵਿੱਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਵੇਂ ਘਰਾਂ ਦੇ ਵਿੱਚ ਜਾਂਦਾ ਹੈ ਗੋਡਿਆਂ ਦੇ, ਇਹਦੇ ਵਿੱਚ ਮੇਰੇ ਵੀ ਗੁਆਂਢੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਆਪਣੇ ਕੰਮ ਛੱਡ ਕੇ ਬੰਦਿਆਂ ਦੀਆਂ ਲਿਆਟਾਂ ਆਪਣੇ ਕੋਲੋਂ ਦੇ ਕੇ ਤੇ ਮੇਰੇ ਨਾਲ ਇਹ ਗੱਡੀ ਨੂੰ ਭਾਰਤ ਦੇ ਵਿੱਚ ਲਿਆਉਣ ਦੇ ਵਿੱਚ ਬੜਾ ਹੀ ਉਸਦਾ ਯੋਗਦਾਨ ਹੈ। ਗੱਡੀ ਲਿਆਉਣ ਤੋਂ ਲੈ ਕੇ ਗੱਡੀ ਦੀ ਵਾਰੀ ਭਾਣ ਤੱਕ ਮੇਰੇ ਵੀ ਗੁਆਂਢੀ ਨੇ ਬੜਾ ਹੀ ਯੋਗਦਾਨ ਪਾਇਆ ਹੈ। ਇਹਦੀਆਂ ਬੰਦਿਆਂ ਦੀਆਂ ਵਿਚਾਰੇ ਦੇ ਲਿਆਉਂਦੇ ਬੰਦੇ ਕੰਮ ਖਰਾਬ ਹੋਣ ਕਰਕੇ ਵੀ ਬਹੁਤ ਹੀ ਇਹਦਾ ਯੋਗਦਾਨ ਹੈ। ਬੁਲੇ ਸੋ ਨਿਹਾਲ। ਮੈਂ ਫਿਰ ਇੱਕ ਵਾਰੀ
ਇਹਨਾਂ ਵੀਰਾਂ ਦਾ ਤਹਿ ਦਿਲ ਧੰਨਵਾਦ ਕਰਦਾ ਹੈ। ਸਤਿ ਸ੍ਰੀ ਅਕਾਲ ਸਦਮੁਕਰ विसर नाही दातार अपना नाम ले लो, 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 विसर ਗਾਵਾਂ ਦਿਨ ਰਾਤ ਨਾਨਕ ਜਾਓ ਏ ਹੋ, ਗੁਣ ਗਾਵਾਂ ਦਿਨ ਰਾਤ।